ਆਸਰੀ ਗੱਲ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ ਤੇ ਤੁਹਾਡੇ ਕਮੈਂਟ ਆਏ ਸੀ ਵੀ ਕੋਲੇਜ ਮੈਂ ਚੇਂਜ ਕਰਾਇਆ ਹੈ ਤੇ ਉਹਦਾ ਸਾਰਾ ਪ੍ਰੋਸੈਸ ਤੁਹਾਨੂੰ ਦੱਸਣਾ ਹੈ ਹੁਣ ਤੇ ਜੇ ਤੁਸੀਂ ਆਪਣਾ ਕੋਰਸ ਚੇਂਜ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਕੋਰਸ ਚੇਂਜ ਕਰਨਾ ਚਾਹੁੰਦੇ ਹੋ ਇਹ ਮਤਲਬ ਕਿ ਦੋ डिफरेंट ਪ੍ਰੋਸੈਸ ਹੁੰਦੇ ਆ ਦੋਨੋਂ ਜੇ ਤੁਸੀਂ ਕੋਰਸ ਚੇਂਜ ਕਰਨਾ ਹੈ ਤੇ ਤੁਹਾਡਾ ਉਸੇ ਕੋਲੇਜ ਸੇਮ ਕੋਲੇਜ 'ਚ ਤੁਹਾਡੇ ਕੋਲ ਕੋਰਸ ਹੈਗਾ ਹੈ ਤਾਂ ਤੁਸੀਂ ਨੋਰਮਲ ਆਪਣੀ ਐਪਲੀਕੇਸ਼ਨ ਪਾ ਕੇ ਜਾਂ ਆਪਣੀ ਸਟੂਡੈਂਟ ਐਡਵਾਈਜ਼ਰ ਨਾਲ ਆਪਣੀ ਮੀਟਿੰਗ ਕਰ ਸਕਦੇ ਆ ਜਿਵੇਂ ਕੋਲੇਜ ਦੇ ਤੇ ਉਹ ਇੱਕ ਇੰਟਰਨਲ ਪ੍ਰੋਸੈਸ ਆ ਤੁਹਾਡਾ ਕੋਲੇਜ ਦੇ ਅੰਦਰ ਹੀ ਆਪਣਾ ਸਾਰਾ ਪ੍ਰੋਸੈਸ ਹੋ ਜਾਊਗਾ ਜਿਵੇਂ ਕਿ ਤੁਹਾਨੂੰ ਆਪਣਾ ਕੋਰਸ ਚੇਂਜ ਕਰਾਣਾ ਹੈ ਕਾਲਜ ਦੇ ਵਿੱਚ ਹੀ ਤਾਂ ਤੁਸੀਂ ਆਪਣੀ ਇਨਕੁਆਰੀ ਆਪਣੀ ਰਿਕੁਐਸਟ ਪਾ ਸਕਦੇ ਹੋ ਜਿਵੇਂ ਕਿ ਆਪਾਂ ਆਪਣੇ ਕੋਲ ਐਪ ਹੁੰਦਾ ਹੈ ਜਿਵੇਂ ਮੈਂ ਪਹਿਲਾਂ ਯੋਰਕਵਿਲ 'ਚ ਸੀ ਤੇ ਆਪਣਾ ਮਾਏ-ਬਾਈਓ ਕਰਕੇ ਸਾਡਾ ਐਪ ਸੀ ਤੇ ਉਹਦੇ ਉੱਤੇ ਆਸਕ-ਬਾਈਓ ਕਰਕੇ ਜਿੱਥੇ ਆਪਣੀ ਕੁਐਰੀ ਆਪਣੀ ਟਿਕਟ ਰੇਜ਼ ਕਰ ਸਕਦੇ ਆਂ ਆਪਾਂ ਉੱਧਰ ਤੁਸੀਂ ਆਪਣੇ ਸਟੂਡੈਂਟ ਐਡਵਾਈਜ਼ਰ ਜਾਂ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਕਿਸੇ ਨਾਲ ਵੀ ਆਪਣੀ ਗੱਲ ਕਰ ਸਕਦੇ ਹੋ ਕਿ ਆਪਾਂ ਆਪਣਾ ਕੋਰਸ ਚੇਂਜ ਕਰਨਾ ਹੈ ਤੇ ਉਹਦਾ ਤੁਹਾਨੂੰ ਇੱਕ ਫਾਰਮ ਹੋਊਗਾ ਤੇ ਜਿਵੇਂ ਹੁਣ ਤੁਹਾਨੂੰ ਸਿਰਫ 15 ਤੋਂ 20 ਦਿਨ ਹੋਏ ਆ ਉਹ ਤੁਸੀਂ ਉਹਦੇ ਵਿੱਚ ਵਿੱਚ ਕਰ ਸਕਦੇ ਹੋ ਮਤਲਬ ਇੱਕ ਮਹੀਨੇ ਤੋਂ ਘੱਟ ਦੇ ਵਿੱਚ ਜੇ ਤੁਸੀਂ ਆਪਣਾ ਕੋਰਸ ਚੇਂਜ ਕਰਨਾ ਹੈ ਆਪਣੇ ਸੇਮ ਕਾਲਜ ਰੱਖਣਾ ਹੈ ਤੁਸੀਂ ਤੇ ਰਹੀ ਗੱਲ ਆਪਣੇ ਕਾਲਜ ਹੀ ਚੇਂਜ ਕਰਨ ਦੀ ਜਿਵੇਂ ਕਿ ਮੈਂ ਕਰਿਆ ਮੈਂ ਪਹਿਲਾਂ ਯੂਰਕਵਿਲ 'ਚ ਸੀ ਤੇ ਅੱਜ ਮੇਰੀ ਲਸਾਲ ਦੀ ਓਰੀਐਂਟੇਸ਼ਨ ਆ ਤੇ ਉਹ ਮਤਲਬ ਉਹ ਕਰਿਆ ਆ ਮੈਂ ਮੇਰੀ ਲਸਾਲ ਦੀ ਓਰੀਐਂਟੇਸ਼ਨ ਡਨ ਹੋ ਗਿਆ ਸ케ਜੂਲ ਮੈਨੂੰ ਮਿਲ ਗਿਆ ਹੈ ਅੱਜ ਤੇ ਜੇ ਤੁਸੀਂ ਉਹ ਕਰਨਾ ਹੈ ਤੇ ਉਹਦਾ ਥੋੜਾ ਵੱਡਾ ਪ੍ਰੋਸੈਸ ਆ ਕਿਉਂਕਿ ਉਹਦੇ ਸਾਨੂੰ ਆਪਣਾ ਰਿਫੰਡ ਵੀ ਕਰਾਉਣਾ ਪੈਣਾ ਹੈ ਕਾਲਜ ਤੋਂ ਪੁਰਾਣੇ ਕਾਲਜ ਤੋਂ ਮੈਂ ਆਪਣਾ ਯੂਰਗ ਵਿਲਚੋਂ ਆਪਣਾ ਰਿਫੰਡ ਦੀ ਪਾਈ ਹੋਈ ਆ ਜਿਹੜੀ ਕਿ 1 ਅਕਤੂਬਰ ਤੋਂ ਮੇਰੀ ਸਟਾਰਟ ਹੋ ਜੂਗੀ ਤੇ ਹਲੇ ਅੱਜ 27 ਹੋਈ ਆ ਤੇ ਆਪਾਂ ਲਾਈਨ ਵਾਈ ਚੱਲਦੇ ਆ ਜੇ ਤੁਸੀਂ ਆਪਣਾ ਕੋਲੇ ਚੇਂਜ ਕਰਨਾ ਹੈ ਸਭ ਤੋਂ ਪਹਿਲਾਂ ਆਪਣੇ ਪੁਰਾਣੇ ਕਾਲਜ ਤੋਂ ਤੁਹਾਨੂੰ ਰਿਫੰਡ ਪਾਣਾ ਪੈਣਾ ਹੈ ਉਹਦਾ ਰਿਫੰਡ ਤੁਸੀਂ ਉਦੋਂ ਹੀ ਪਾਓ ਜਦ ਤੁਹਾਡੇ ਕੋਲ ਆਪਣਾ ਆਫਰ ਲੈਟਰ ਆ ਗਿਆ ਦੂਜੇ ਕਾਲਜ ਦਾ ਜਦੋਂ ਮੇਰੇ ਕੋਲ ਇਸਾਲ ਤੋਂ ਆਫਰ ਲੈਟਰ ਬਣਾ ਆ ਗਿਆ ਸੀ ਤੇ ਮੇਰਾ ਫਾਈਨਲ ਹੋ ਗਿਆ ਸੀ ਵੀ ਹਾਂ ਮੇਰਾ ਆਫਰ ਲੈਟਰ ਆ ਗਿਆ ਵੀ ਮੈਨੂੰ ਉਧਰ ਸੀਟ ਮਿਲ ਜਾਣੀ ਹੈ ਭਾਵੇਂ ਅਕਤੂਬਰ ਵਿੱਚ ਲੇ ਭਾਵੇਂ ਜਨਵਰੀ ਮਿਲੇ ਮੇਰਾ ਇਹ ਗੱਲ ਫਾਈਨਲ ਹੋ ਗਈ ਸੀ ਤਾਂ ਮੈਂ ਆਪਣਾ ਰਿਫੰਡ ਪਾਇਆ ਇਹ ਨਾ ਕਰਿਓ ਵੀ ਤੁਸੀਂ ਪਹਿਲਾਂ ਰਿਫੰਡ ਪਾਤਾ ਤੇ ਉਸ ਤੋਂ ਬਾਅਦ ਤੁਸੀਂ ਆਫਰ ਲੈਟਰ ਦੀ ਵੇਟ ਕਰ ਰਹੇ ਹੋ ਕਿਉਂਕਿ ਜ਼ਰੂਰੀ ਹੈਗੇ ਤੁਹਾਨੂੰ ਆਫਰ ਲੈਟਰ ਮਿਲੂਗਾ ਕਿਉਂਕਿ ਸਾਰਿਆਂ ਨੂੰ ਨਹੀਂ ਮਿਲਦਾ ਜੇ ਉਹਨਾਂ ਕੋਲ ਸੀਟ ਹੈਗੀ ਆ ਉਸ ਇਨਟੇਕ ਤੇ ਤਾਂ ਹੀ ਉਹ ਦਿੰਦੇ ਆ ਮੈਂ ਚੇਂਜ ਕਰਨ ਦੀ ਕਾਲਜ ਚੇਂਜ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਜਿਵੇਂ ਕਿ ਮੈਂ ਆਪਣਾ ਐਗਜ਼ਾਮਪਲ ਲੈ ਕੇ ਚੱਲਦਾ ਜ ਜਿਹੜੀ ਹੁੰਦੀ ਆ ਸਾਰੇ ਕਾਲਜਾਂ ਦੀ ਲੈਣ ਦੀ ਲੈ ਵੱਖ-ਵੱਖ ਹੁੰਦੀ ਆ ਸਾਰਿਆਂ ਦੀ ਤੇ ਉਹਦੇ ਚ ਆਪਣੇ ਕੋਲ অপਸ਼ਨ ਹੁੰਦੇ ਟਿਕਟ ਰੇਜ਼ ਕਰਨ ਦਾ ਸਭ ਤੋਂ ਪਹਿਲਾਂ ਆਪਣੀ ਤੁਸੀਂ ਟਿਕਟ ਰੇਜ਼ ਕਰਨੀ ਆ ਤੇ ਜੇ ਤੁਸੀਂ ਆਪਣੀ ਟਿਕਟ ਰੇਜ਼ ਕਰ ਲਓਗੇ ਉਸ ਤੋਂ ਬਾਅਦ ਤੁਹਾਨੂੰ ਆਪਣਾ ਐਡਮਿਸ਼ਨ ਐਡਵਾਈਜ਼ਰ ਹੋ ਗਿਆ ਹੈ ਪ੍ਰੋਗਰਾਮ ਐਡਵਾਈਜ਼ਰ ਜਿਹੜਾ ਹੁੰਦਾ ਹੈ ਉਹਦੇ ਨਾਲ ਮੀਟਿੰਗ ਫਿਕਸ ਕਰਨੀ ਆ ਉਹਨੂੰ ਤੁਸੀਂ ਵਿਡਰੋਲ ਉਹਦੇ ਚ ਤੁਹਾਨੂੰ অপਸ਼ਨ ਮਿਲ ਜੂਗਾ ਵੀ ਤੁਸੀਂ ਕਿਹਦੇ ਵਾਸਤੇ ਆ ਕੀ ਰੀਜ਼ਨ ਆ ਤੁਹਾਡੀ ਮੀਟਿੰਗ ਦਾ ਵੀ ਕਿਹਦੇ ਵਾਸਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਉਹਦੇ ਤੁਸੀਂ ਪਾਉਣੇ ਵੀ ਆਪਾਂ ਵਿਡਰੋ ਕਰਾਣੇ ਆ ਤੇ ਤੁਸੀਂ ਆਪਣੇ ਜਿਹੜੇ ਮੀਟਿੰਗ ਦੇ ਟਿਕਟ ਤੁਸੀਂ ਰੇਸ ਕਰੀਏ ਉਹਦੇ 10 ਨਾਲ ਨੂੰ ਵੀ ਆਪਾਂ ਵਿਡਰੋ ਕਰਾਣੀ ਹੈ ਆਪਣੀ ਤੇ ਮਤਲਬ ਇਹ ਤਾਂ ਕੁਝ ਨਹੀਂ ਹੁੰਦਾ ਵੀ ਆਪਾਂ ਝੂਠ ਬੋਲ ਕੇ ਉਹਨਾਂ ਨਾਲ ਮੀਟਿੰਗ ਕਰ ਲਈਏ ਤੇ ਬਾਅਦ ਚ ਉਹਨਾਂ ਨੂੰ ਦਸੀਏ ਵੀ ਆਪਾਂ ਵਿਡਰੋ ਕਰਾਣਾ ਤੁਸੀਂ ਸਾਫ਼-ਸਾਫ਼ ਲਿਖ ਦਿਓ ਵੀ ਹਾਂਜੀ ਸਾਨੂੰ ਵਿਡਰੋ ਚਾਹੀਦਾ ਹੈ ਆਪਾਂ ਇੱਕ ਸੈਮੈਸਟਰ ਲਾਉਣਾ ਇੱਥੇ ਜੇ ਤੁਸੀਂ ਚਾਹੁੰਦੇ ਹੋ ਵੀ ਸਾਡੇ ਹਲੇ 5-10 ਦਿਨ ਹੋਏ ਆ ਤੇ ਆਪਾਂ ਵਿਡਰੋ ਕਰਾਣੀ ਆ ਆਪਾਂ ਚੇਂਜ ਕਰਨਾ ਹੈ ਕਾਲਜ ਸਭ ਤੋਂ ਪਹਿਲਾਂ ਆਪਣੀ ਟਿਕਟ ਰੇਸ ਕਰੋ ਸਟੂਡੈਂਟ ਅਫੀਸਰ ਨਾਲ ਗੱਲ ਕਰੋ ਦੂਜੀ ਤੁਸੀਂ ਟਿਕਟ ਰੇਸ ਕਰਨੀ ਹੈ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਜਿਹੜੇ ਸਾਨੂੰ ਤੁਹਾਨੂੰ ਦੱਸ ਦ ਜੇ ਤੁਸੀਂ 2 ਵੀਕ ਲਾਇਆ ਹੈ 3 ਵੀਕ ਲਾਇਆ ਹੈ ਇੱਕ ਸਮੈਸਟਰ ਦੇ ਇੱਕ ਸਮੈਸਟਰ ਆਪਣਾ 3 ਮਹੀਨੇ ਦਾ ਹੁੰਦਾ ਹੈ ਪਹਿਲੇ ਮਹੀਨੇ ਤੋਂ ਤੁਸੀਂ 2 ਦਿਨ 2 ਵੀਕ ਲਾ ਲਿਆ 3 ਵੀਕ ਲਾ ਲੇ ਤਾਂ ਤੁਹਾਡੀ ਕਿੰਨੀ ਫੀਸ ਹਲੇ ਪਈ ਹੈ ਜਿਹੜੀ ਤੁਹਾਡੀ ਰਿਫੰਡ ਹੋਊਗੀ ਜਾਂ ਜੇ ਤੁਸੀਂ ਸਮੈਸਟਰ ਲਾਣਾ ਹੈ ਤਾਂ ਇੱਕ ਸਮੈਸਟਰ ਦੇ ਲਾ ਕੇ ਤੁਹਾਨੂੰ ਕਿੰਨੇ ਪੈਸੇ ਤੁਹਾਡੇ ਵਾਪਸ ਹੋਣਗੇ ਕਿੰਨੇ ਇੱਕ ਸਾਲ ਦੀ ਫੀਸ ਭਰ ਕੇ ਅੰਤ ਜੋ ਇੰਡਿਆ ਤੋਂ ਤਾਂ ਇੱਕ ਸਮੈਸਟਰ ਜਿਉ ਰੱਖ ਲੈਣਗੇ ਜਿਹੜਾ ਤੁਸੀਂ ਲਾਇਆ ਹੈ ਬਾਕੀ ਦੇ ਦੋ ਬਾਕੀ ਉਹ ਮੂੰਹ ਦੇਣਗੇ ਤੇ ਜਿਵੇਂ ਤੁਹਾਡੀ ਟਿਕਟ ਰਿਸ ਹੋ ਗਈ ਤੁਹਾਡੀ ਐਡਮਿਸ਼ਨ ਐਡਵਾਈਜ਼ਰ ਨਾਲ ਸਟੂਡੈਂਟ ਐਡਵਾਈਜ਼ਰ ਨਾਲ ਜਿਹਦੇ ਨਾਲ ਵੀ ਤੁਹਾਡੀ ਗੱਲ ਹੋਈ ਹੈ ਉਹ ਡਨ ਹੋ ਗਈ ਆ ਤੇ ਮੈਂ ਜੇ ਆਪਣਾ ਐਗਜ਼ਾਮਪਲ ਲਵਾਂ ਮੇਰਾ 1 ਅਕਤੂਬਰ ਨੂੰ ਮੇਰਾ 3 ਇੱਕ ਸਮੈਸਟਰ ਖਤਮ ਹੋ ਜਾਊਗਾ ਯਾਨੀ ਕਿ 3 ਮਨਥ ਮੇਰੇ ਕੰਪਲੀਟ ਹੋ ਜਾਣਗੇ ਉਸ ਤੋਂ ਬਾਅਦ ਮੇਰਾ ਪ੍ਰੋਸੈਸ ਸਟਾਰਟ ਹੋਇਆ ਤੇ ਹਾਲੇ ਸਟਾਰਟ ਨਹੀਂ ਹੋਇਆ 3-4 ਦਿਨਾਂ ਤੱਕ ਸਟਾਰਟ ਹੋਊਗਾ ਤੇ ਤੁਹਾਡਾ ਵੀ ਐਵੇਂ ਹੋਊਗਾ ਜਦੋਂ ਤੁਹਾਡਾ ਪਹਿਲਾ ਸੈਮੈਸਟਰ ਖਤਮ ਹੋ ਜਾਊਗਾ ਉਸ ਤੋਂ ਬਾਅਦ ਤੁਹਾਡਾ ਪ੍ਰੋਸੈਸ ਹੋਣਾ ਸਟਾਰਟ ਹੋਊਗਾ ਤੇ ਤੁਸੀ ਤੁਹਾਨੂੰ ਡੇਢ ਤੋਂ 2 ਮਹੀਨੇ ਲੱਗਣਗੇ ਉਹ ਬਾਬਸਾਨ ਚ ਮਤਲਬ ਜਿਹੜੀ ਤੁਹਾਡੀ ਫੀਸ ਉਹਨਾਂ ਕੋਲ ਹੈਗੀ ਆ ਵਿਡਰੋ ਤੁਸੀਂ ਕਰਾਏ ਆ ਉਹ ਤੁਸੀਂ ਦੂਜੇ ਕੋਲ ਚ ਵੀ ਕਰਾ ਸਕਦੇ ਹੋ ਇਹ ਗੱਲ ਤਾਂ ਹੋ ਗਈ ਤੁਹਾਡੀ ਵਿਡਰੋਲ ਦੀ ਕਿ ਤੁਸੀਂ ਪਹਿਲੇ ਕੋਲਜ ਤੋਂ ਆਪਣਾ ਰਿਫੰਡ ਕਿਵੇਂ ਪਾਣਾ ਹੈ ਉਹ ਤੁਹਾਡਾ ਬਾਅਦ ਚ ਸਟਾਰਟ ਹੋਊਗਾ ਤੇ ਦੂਜੀ ਗੱਲ ਇਹ ਆ ਵੀ ਦੂਜੇ ਕੋਲਸ ਤੇ ਤੁਸੀਂ ਆ ਕਿੱਦਾਂ ਅਪਲਾਈ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆ ਤਾਂ ਆਨਲਾਈਨ ਜਾ ਸਕਦੇ ਹੋ ਆਨਲਾਈਨ ਜਾ ਕੇ ਆਪਣੀ ਜਿਵੇਂ ਮੈਨ ਲਸਾਲ ਕਾਲੇਜ ਕਰਾਇਆ ਹੈ ਤੇ ਲਸਾਲ ਕਾਲੇਜ ਦੀ ਆਪਣੀ ਵੈਬਸਾਈਟ ਓਪਨ ਕਰਕੇ ਉੱਥੇ ਤੁਸੀਂ ਆਪਣੇ ਆਫਰ ਲੈਟਰ ਲਈ ਅਪਲਾਈ ਕਰ ਸਕਦੇ ਹੋ 150 ਡਾਲਰ ਆਪਣੀ ਫੀਸ ਹੁੰਦੀ ਹੈ ਮਤਲਬ ਲਸਾਲ ਦੀ 150 ਡਾਲਰ ਫੀਸ ਸੀ ਉਹ ਫੀਸ ਪੇ ਕਰਕੇ ਤੁਹਾਡਾ ਆਫਰ ਲੈਟਰ ਆਊਗਾ ਸਭ ਤੋਂ ਪਹਿਲਾਂ ਤਾਂ ਉਹਦੇ ਚ ਲਿਖਿਆ ਹੋਊਗਾ ਵੀ ਤੁਹਾਨੂੰ ਤੁਸੀਂ ਇਹ ਇਨਟੇਕ ਲਈ ਅਪਲਾਈ ਕਰ ਰਿਹਾ ਹੈ ਤੇ ਤੁਹਾਡੀ ਇਹ ਤਰੀਕ ਤੋਂ ਕਲਾਸਾਂ ਸਟਾਰਟ ਹੋਣਗੀ ਤੁਹਾਡਾ ਸਟੂਡੈਂਟ ਨੰਬਰ ਆਊਗਾ ਉਹ ਤੋਂ ਬਾਅਦ ਜੇ ਤੁਹਾਡਾ ਆਫਰ ਲੈਟਰ ਆ ਗਿਆ ਉਹ ਤੋਂ ਬਾਅਦ ਤੁਸੀਂ ਆਪਣੀ ਫੀਸ ਵੇ ਕਰਨੀ ਆ ਪਹਿਲਾਂ ਆਪਣੀ ਜਿਵੇਂ ਕਿ ਮੇਰੀ ਪਹਿਲੇ ਸੈਮੈਸਟਰ ਦੀ ਫੀਸ ਹੈਗੀ ਆ 5200 ਡਾਲਰਸ ਤੇ ਇਧਰ ਸਕਾਲਰਸ਼ਿਪ ਦਾ ਹੈਗਾ ਇਹ ਸਿਸਟਮ ਥੋੜਾ ਬਹੁਤ ਤੇ ਉਸ ਕਰਕੇ ਘਾਟਾ ਉਹ 7000 ਹੁੰਦੀ ਆ ਤੇ ਆਪ ਨੂੰ ਜਿਵੇਂ ਮਿਲ ਗਈ ਸਕਾਲਰਸ਼ਿਪ ਤੇ ਨੋਰਮਲੀ ਸਾਰੇ ਸਟੂਡੈਂਟਸ ਨੂੰ ਪਹਿਲੇ ਸੈਮੈਸਟਰ ਚ ਇਹ ਪਹਿਲੇ ਸੈਮੈਸਟਰ ਦੀ ਗੱਲ ਆ ਵੀ ਪਹਿਲੇ ਸੈਮੈਸਟਰ ਤੋਂ ਸਕਾਲਰਸ਼ਿਪ ਦੇ ਦਿੰਦੇ ਆ ਕਾਲਜ ਵਾਲੇ ਵੀ ਤੁਹਾਡੀ ਪਹਿਲੇ ਸੈਮੈਸਟਰ ਚ ਫੀਸ ਘੱਟ ਹੋਊਗੀ ਤੇ ਉਵੇਂ ਮੇਰੀ 5200 ਮੇਰੀ ਪਹਿਲੇ ਸਿਸਟਰ ਦੀ ਫੀਸ ਆ ਤੇ ਜਦੋਂ ਤੁਸੀਂ ਆਪਣੀ ਫੀਸ ਪੇ ਕਰ ਦੋਗੇ ਉਸ ਤੋਂ ਬਾਅਦ ਉਹ ਤੁਹਾਨੂੰ ਕਾਲਜ ਬੁਲਾਉਂਦੇ ਆ ਤੁਹਾਡਾ ਪਲੱਸ 2 ਦਾ ਸਰਟੀਫਿਕੇਟ ਹੋਣਾ ਚਾਹੀਦਾ ਤੁਹਾਡੇ ਕੋਲ ਤੁਹਾਡਾ ਪਾਸਪੋਰਟ ਹੋਣਾ ਚਾਹੀਦਾ ਤੁਹਾਡੇ ਕੋਲ ਤੇ ਸਟੱਡੀ ਪਰਮਿਟ ਆਉਣਾ ਜ਼ਰੂਰੀ ਹੈ ਜੋ ਨਾਲ ਕਿਉਂਕਿ ਦੋ ਤਿੰਨ ਚੀਜ਼ਾਂ ਮੰਗਦੇ ਆ ਮੇਰੇ ਸਾਬ ਨਾਲ ਤਾਂ ਮੈਂ ਤਾਂ ਆਪਣੇ ਪੂਰੇ ਡਾਕੂਮੈਂਟ ਲੈ ਕੇ ਗਿਆ ਸੀ ਜਿਹੜੇ ਵੀ ਮੈਂ ਇੰਡੀਆ ਤੋਂ ਆਪਣੇ ਨਾਮ ਲਿਆਏ ਸੀ ਤੇ ਇਹ ਤਿੰਨ ਚੀਜ਼ਾਂ ਦੀ ਮੇਨ ਉੱਥੇ ਲੋੜ ਹੁੰਦੀ ਆ ਉਹਨਾਂ ਨੇ ਇੱਕ ਮੈਨੂੰ ਪਲੱਸ 2 ਦਾ ਮੈਰਾ ਉਹ ਮੰਗਿਆ ਤੇ ਮੇਰਾ ਸਟੱਡੀ ਪਰਮਿਟ ਹੋ ਗਿਆ ਤੇ ਇੱਕ ਪਾਸਪੋਰਟ ਦੇਖਿਆ ਸੀ ਉਹਦੇ ਵਿੱਚੋਂ ਉਹ ਪਲੱਸ 2 ਦਾ ਜਿਹੜਾ ਆਪਣਾ ਸਰਟੀਫਿਕੇਟ ਹੁੰਦਾ ਹੈ ਉਹਦੀ ਇੱਕ ਫੋਟੋਕਾਪੀ ਕਰਦੇ ਆ ਜਿਹੜੀ ਕਿ ਉਹ ਆਪਣੇ ਕੋਲ ਰੱਖਦੇ ਆ ਤੇ origignal ਵਾਲਾ ਸਾਨੂੰ ਮੋੜ ਦੇਣਗੇ ਵਾਪਿਸ ਤਾਂ ਮੈਂ ਜਿਵੇਂ ਆਪਣਾ ਸਾਰਾ ਪ੍ਰੋਸੈਸ ਆ ਉਹ ਇੱਕ ਏਜੰਟ ਦੇ ਥਰੂ ਕਰਾਇਆ ਆਪਣਾ ਜਾਣਕਾਰੀ ਆ ਜੇ ਤੁਹਾਡੇ ਚੋਂ ਕਿਸੇ ਨੇ ਵੀ ਕਰਾਉਣਾ ਹੋਵੇ ਜਿਹੜੇ ਸਰੀਚ ਹੈਗਾ ਕੋਈ ਵੀ ਕਾਲਜ ਹੈਗਾ ਤੇ ਜੇ ਸਰੀਚ ਦੇ ਬਾਹਰ ਵੀ ਕੋਈ ਪ੍ਰੋਗਰਾਮ ਕਰਾਣਾ ਹੈ ਕਿਸੇ ਵੀ ਸਾਈਡ ਲੁਭਟਾ ਸਾਈਡ ਆਪਣਾ ਕੋਈ ਕਾਲਜ ਚੇ ਤੇ ਉਹ ਵੀ ਮੈਂ ਕਰਾ ਦਾਂਗਾ ਕਿਉਂਕਿ ਮੇਰਾ ਜਾਣਕਾਰ ਹੈਗਾ ਇੱਕ ਜਿਹਦੇ ਕੋਲੋਂ ਆਪਾਂ ਕਾਲਜ ਮੈਂ ਵੀ ਆਪਣਾ ਉਹਦੇ ਕੋਲ ਹੀ ਚੇਂਜ ਕਰਾਇਆ ਹੈ ਤੇ ਮਤਲਬ ਕਿ ਸਾਰਾ ਪ੍ਰੋਸੈਸ ਮੇਰੇ ਹੌਸਲੇ ਨੇ ਸੰਭਾਲਿਆ ਸੀ ਤੇ ਮੈਂ ਆਪਣੀ ਸਤੰਬਰ ਦੇ ਸਟਾਰਟਿੰਗ ਦੀ ਫਾਈਲ ਲਾਈ ਸੀ ਪਹਿਲਾਂ ਮੈਨੂੰ ਜਨਵਰੀ ਇਨਟੇਕ ਮਿਲਿਆ ਸੀ ਇੱਕ ਵੇਟ ਲਿਸਟ ਹੁੰਦੀ ਆ ਉਹਦੇ 'ਚ ਆਪਣਾ ਨਾਮ ਪਾਤਾ ਤੇ ਆਪਣੇ ਆਪਾਂ ਨੂੰ ਗਾਰੰਟੀ ਮਿਲਦੀ ਆ ਵੀ ਉਹ ਅਕਤੂਬਰ ਸਾਡੈਂਟ ਇਨਟੇਕ ਕਰਾ ਦਊਗਾ ਤੇ ਜਿਵੇਂ ਕਿ ਸਤੰਬਰ ਤੋਂ ਬਾਅਦ ਅਕਤੂਬਰ ਇਨਟੇਕ ਮਿਲਣਾ ਬਹੁਤ ਔਖਾ ਇੱਥੇ ਜਨਵਰੀ ਵੀ ਨਹੀਂ ਮਿਲਦਾ ਕਈਆਂ ਨੂੰ April May ਹੀ ਮਿਲਦਾ ਹੈ ਅਸੀਂ ਮੇਰਾ ਮਨ ਸਤੰਬਰ ਚ ਬਣਿਆ ਕਿਉਂਕਿ ਯੂਰਕਵਿਲ ਦੀ ਫੀਸ ਬਹੁਤ ਜ਼ਿਆਦਾ ਹੈ ਤੇ ਚਾਰ ਸਾਲਾਂ ਦੀ ਫੀਸ ਪੇ ਕਰਨਾ ਮਤਲਬ ਥੋੜਾ ਔਕਾ ਹੋ ਜਾਂਦਾ ਜਿਵੇਂ ਕਿ ਆਪਾਂ ਸਾਰੇ ਸਟੂਡੈਂਟ ਆਏ ਆ ਇੱਥੇ ਤੇ ਉਹਦੇ ਉਹਦਾ ਉਹਦੀ ਫੀਸ ਹੈਗੀ ਆ ਇਹ ਮਤਲਬ ਕਿ ਸਾਰਿਆਂ ਨੂੰ ਔਖੀ ਲੱਗਦੀ ਉਹਦੀ ਫੀਸ ਪੇ ਕਰਨੀ ਕਿਉਂਕਿ ਮੇਰਾ ਜਿਵੇਂ ਮੈਥ ਦਾ ਟੈਸਟ ਹੋਇਆ ਸੀ ਜਿਵੇਂ ਕਿ ਮੈਂ ਹੁਣ ਪਾਵਾਂਗਾ ਫਿਊਚਰ ਚ ਉਹਦੀ ਹਲੇ ਵੀਡੀਓ ਸ਼ਾਰਟ ਵੀਡੀਓ ਆਈ ਨਹੀਂ ਆਪਣੀ ਤੇ ਮੇਰਾ ਮੈਥ ਦਾ ਟੈਸਟ ਹੋਇਆ ਸੀ ਤੇਲ ਸਾਲੇ ਸਾਰਿਆਂ ਨੂੰ ਆਪਸ਼ਨ ਦਿੰਦਾ ਏ ਇੱਕ ਮੈਥ ਦਾ ਆਪਣਾ ਟੈਸਟ ਹੋਊਗਾ ਤੇ ਟੈਸਟ ਦੇ ਵਿੱਚ ਇਹ ਆ ਕਿਉਂਕਿ ਆਪ ਨੂੰ ਮੈਥ ਕੰਪਲਸਰੀ ਆ ਕਾਲਜਸ ਲੈਣਾ ਪਰ ਉਹਦੇ ਸਾਨੂੰ ਕੋਈ ਕ੍ਰੈਡਿਟ ਨਹੀਂ ਮਿਲਨੇ ਪਰ ਜੇ ਆਪਾਂ ਇਹ ਮੈਥ ਪਲੇਸਮੈਂਟ ਦਾ ਟੈਸਟ ਪਾਸ ਕਰ ਲਿਆ ਤਾਂ ਸਾਨੂੰ ਉਹ ਮੈਥ ਦਾ ਆਪਾਂ ਨੂੰ ਸਬਜੈਕਟ ਲੈਣ ਦੀ ਕੋਈ ਲੋੜ ਨਹੀਂ ਇਹ ਅੱ비 ਆਪਣਾ 800 ਤੋਂ 1000 ਡਾਲਰ ਬਚ ਜਾਊਗਾ ਆਫਰ ਲੈਟਰ ਮੇਰਾ ਜਨਵਰੀ ਦਾ ਆਇਆ ਪਰ ਹੁਣ ਮੇਰੀ ਕਲਾਸਾਂ ਅਕਤੂਬਰ ਤੋਂ ਸਟਾਰਟ ਹੋਣੀ ਆ ਕਿਉਂਕਿ ਉਹ ਚੇਂਜ ਹੋ ਜਾਂਦਾ ਬਾਅਦ ਚ ਤੇ ਜਿਵੇਂ ਕਿ ਏਜੰਡਾ ਕੋਲ <strong>वेट लिस्ट</strong> ਹੁੰਦੀ ਆ ਆਪਣੇ ਵੀ ਉਹਨਾਂ ਨੇ ਸੀਟਾਂ ਰਿਜ਼ਰਵ ਕਰੀਆਂ ਹੁੰਦੇ ਨੇ ਉਹਦੇ ਤੋਂ ਪਾ ਦਿੰਦੇ ਕੋਈ ਐਕਸਟਰਾ ਚਾਰ ਨਹੀਂ ਲੈਂਦੇ ਉਹਦਾ ਜਿਵੇਂ ਕਿ ਇਹਨਾਂ ਵਿੱਚ ਆਪਣਾ ਸਾਰਾ ਪ੍ਰੋਸੈਸ ਹੁੰਦਾ ਹੈ ਇਹ ਹੁੰਦਾ ਹੈ ਵੀ ਤੁਸੀਂ ਆਪਣਾ ਆਫਰ ਲੈਟਰ ਮੰਗਾ ਲਿਆ ਦੂਜੇ ਕਾਲਜ ਤੋਂ ਰिफੰਡ ਪਾਤਾ ਹੁਣ ਤੁਸੀਂ ਆਪਣੀ ਕਰਨੀ ਆ ਫੀਸ ਪੇ ਫੀਸ ਪੇ ਕਰਨੀ ਆ ਉਹਦੇ 'ਚ ਇਹ ਚੀਜ਼ ਦਾ ਧਿਆਨ ਰੱਖਿਓ ਵੀ ਕਾਲਜ ਤੁਹਾਨੂੰ ਇਹ ਮੈਡੀਕਲ ਤਾਂ ਦਿੰਦਾ ਜੇ ਤੁਹਾਡੇ ਕੋਲ ਆਪਣੀ ਐਮਐਸਪੀ ਹੈਗੀ ਆ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਵੀ ਸਾਡੇ ਕੋਲ ਆਪਣੀ ਐਮਐਸਪੀ ਹੈਗੀ ਆ ਉਹਦੇ ਨਾਲ ਤੁਹਾਡਾ 200 ਡਾਲਰ ਬਚ ਜਾਊਗਾ ਕਿਉਂਕਿ ਕੋਲਜ ਆਪਣੇ ਐਮਐਸਪੀ ਦੀ ਫੀਸ ਲੈਂਦਾ ਜਿਹੜੀ ਕਿ 195 ਡਾਲਰ ਹੁੰਦੀ ਆ ਮਤਲਬ ਲਸਾਲ ਦੀ ਐਂ ਤੇ ਕਈ ਕੋਲ ਥੋੜੀ ਸਕਾਲਰਸ਼ਿਪ ਵੀ ਦਿੰਦੇ ਆ ਇਹ ਚੀਜ਼ ਆਪਣੀ ਧਿਆਨ ਚ ਰੱਖਿਓ ਕਿਉਂਕਿ ਪਹਿਲੇ ਸੈਮੈਸਟਰ ਚ ਮੈਨੂੰ ਵੀ ਸਕਾਲਰਸ਼ਿਪ ਮਿਲੀ ਆ ਤੇ ਮੇਰੀ ਫੀਸ 7000 ਕੁ ਸੀ ਪਰ ਉਹ ਜਿਹੜੀ ਬਚ ਕੇ 5000 ਹੀ ਰਹਿ ਗਈ ਤੇ 2006 ਡਾਲਰ ਦੀ ਸਕਾਲਰਸ਼ਿਪ ਮਿਲੀ ਆ ਪਹਿਲੇ ਕੋਰਸ ਚ ਤੇ ਜੇ ਕਿਸੇ ਹੋਰ ਵੀਰ ਨੇ ਜਾਂ ਕਿਸੇ ਨੇ ਵੀ ਆਪਣਾ ਲਸਾਲ ਚ ਕਰਾਣਾ ਹੋਵੇ ਐਡਮਿਸ਼ਨ ਤੇ ਉਹਨਾਂ ਦਾ ਉਹਦਾ ਪੂਰਾ ਫੀਸ ਸਟਰਕਚਰ ਇਹ ਆ ਵੀ ਤੁਹਾਡੀ 7000 ਫੀਸ ਆ ਜੇ ਤੁਸੀਂ 72% ਆਪਣਾ ਮੇਨਟੇਨ ਰੱਖਦੇ ਹੋ ਜਿਵੇਂ ਆਪਣੇ ਪਹਿਲੇ ਸੈਮੈਸਟਰ ਚ ਤਾਂ ਆਪਾਂ ਨੂੰ ਸਕਾਲਰਸ਼ਿਪ ਮਿਲੇਗੀ ਆਪਣੀ ਫੀਸ ਹੋਊਗੀ 5006 ਡਾਲਰ ਪਹਿਲੇ ਸਾਲ ਚ ਤੇ ਤੁਹਾਡੇ ਕੋਲ ਐਮਐਸਪੀ ਹੈਗੀ ਆ ਤੇ 195 ਡਾਲਰ ਉਹਦੇ ਤੋਂ ਘੱਟ ਹੋ ਜਾਣਗੇ ਤੇ ਦੂਜੇ ਦੂਜੇ ਸੈਮੈਸਟਰ ਜਿਵੇਂ ਫੀਸ ਹੈਗੀ ਆ 7006 ਡਾਲਰ ਪਹਿਲੇ ਸੈਮੈਸਟਰ ਚ ਤੁਸੀਂ 72% ਮੇਨਟੇਨ ਕਰ ਲਿਆ ਆਪਣਾ ਜੇ ਮੇਕ 2.4 ਹੈ 2.8 ਜੀ ਸੀਜੀਪ ਹੁੰਦੀ ਆ ਉਹ ਜੇ ਤੁਸੀਂ ਮੇਨਟੇਨ ਕਰ ਲਿਆ ਤੇ ਦੂਜੇ ਸੈਮੈਸਟਰ ਦੀ ਤੁਹਾਡੀ ਫੀਸ ਹੋਗੀ 4800 ਰੁਪਏ ਤੇ ਉਹ ਮੇਨਟੇਨ ਕਰਨੀ ਹੁੰਦੀ ਆ ਆਪਾਂ ਨੂੰ ਤਾਂ ਕਿ ਆਪਣੇ 5 ਸੈਮੈਸਟਰ ਆ ਇੱਕ ਡ੍ਰੋਪ ਆ ਟੋਟਲ 6 ਚੋਂ ਇੱਕ ਡ੍ਰੋਪ ਆ 5 ਆਪਣੇ ਸੈਮੈਸਟਰ ਲੱਗਣੇ ਆ ਤੇ ਤੁਸੀਂ 5 ਸੈਮੈਸਟਰ 10000 ਡਾਲਰ ਬਚਾ ਲੋਗੇ ਜੇ ਤੁਸੀਂ ਥੋੜੇ ਬਹੁਤ ਪੜ੍ਹ ਲਏ ਜੇ ਤੁਸੀਂ ਥੋੜੇ ਬਹੁਤ ਆਪਣੀ ਪੜ੍ਹਾਈ ਵਗੈਰਾ ਕਰ ਲਈ ਤੇ ਜੇ ਤੁਸੀਂ ਆਪਣੀ 72 ਮੇਨਟੇਨ ਕਰ ਲਏ ਉਹ ਈਜ਼ੀ ਆ ਮੇਨਟੇਨ ਕਰਨਾ ਕਿਉਂਕਿ ਯੂਰਕਵਿਲ ਚ ਮੇਰੇ ਵੀ ਇੰਨੇ ਵਧੀਆ ਨੰਬਰ ਨਹੀਂ ਆਏ ਪਹਿਲਾ ਸੈਮੈਸਟਰ ਆਪਾਂ ਲਾ ਲਿਆ ਤੇ ਆਪਣੇ ਰਿਜ਼ਲਟ ਆ ਗਿਆ ਸੀਗਾ 60% ਬਣਿਆ ਉੱਧਰ ਕਿਉਂਕਿ ਉੱਧਰ ਆਪਣੇ ਮਤਲਬ ਕਿ ਸਾਨੂੰ ਐਨਾ ਕੁ ਸੀਗਾ ਨਹੀਂ ਕਿਉਂਕਿ ਆਪਾਂ ਕੋਲ ਚੇਂਜ ਕਰਨਾ ਸੀ ਇੱਧਰ ਹੁਣ ਦਿਲ ਲਾ ਕੇ ਪੜ੍ਹਨਾ ਹੈ ਕਿਉਂਕਿ 72% ਤਾਂ ਲਾਣੀ ਆ ਜਿਸ ਦੇ ਨਾਲ ਆਪਣੇ ਮਤਲਬ ਫੀਸ ਵੀ ਬਚ ਜੂਗੀ ਤੇ ਜੇ ਕਿਸੇ ਨੇ ਵੀ ਆਪਣਾ ਕੋਲੇ ਚੇਂਜ ਕਰਾਣਾ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਮੈਂ ਤੁਹਾਨੂੰ ਬਾਈ ਦਾ ਨੰਬਰ ਦੇ ਦੂੰਗਾ ਜਿਹਦੇ ਕੋਲੋਂ ਮੈਂ ਆਪਣਾ ਵੀ ਚੇਂਜ ਕਰਾਇਆ ਹੈ ਪਰਮਿਟ ਦੀ ਮੇਰੇ ਪਾਸਪੋਰਟ ਦੀ ਮੇਰੇ +2 ਦੀ ਤੇ ਉਹਦੀ ਸਾਰੀ ਮੈਂ ਉਹਨੂੰ ਡਾਕੂਮੈਂਟ ਸੈਂਡ ਕਰੇ ਸੀ ਮੇਰਾ ਐਡਰੈਸ ਕੀਆ ਇੱਧਰ ਕੈਨੇਡਾ ਚ ਮੇਰਾ ਫੋਨ ਨੰਬਰ ਕੀਆ ਤੇ ਆਪਣਾ ਨਾਮ ਲਿਖ ਕੇ ਭੇਜਣਾ ਹੁੰਦਾ ਹੈ ਉਹਨੂੰ ਬਾਕੀ ਦਾ ਪ੍ਰੋਸੈਸ ਉਹ ਸਾਰਾ ਸੰਭਾਲਦਾ ਹੈ ਆਪਣੇ 150 ਡਾਲਰ ਜਿਹੜੀ ਫੀਸ ਆ ਉਹ ਮੈਂ ਉਹਨੂੰ ਸੈਂਡ ਕਰ ਦਿੱਤੀ ਸੀ ਤੇ ਜਿਵੇਂ ਕਿ ਤੁਹਾਨੂੰ ਦੱਸਤਾ ਵੀ ਤੁਹਾਡੇ ਤੋਂ ਇਹ ਡਾਕੂਮੈਂਟ ਮੰਗਾਉਣਗੇ ਆਪਣਾ ਜਾਂ ਮੈਂ ਤਾਂ ਜੇ ਤੁਹਾਨੂੰ ਟੈਸਟ ਦੇ ਤੁਸੀਂ ਲਿਸਾਲ ਚ ਕਰਿਆ ਕਿਸੇ ਹੋਰ ਕੋਲਸੇ ਵੀ ਹੁੰਦਾ ਹੈ ਮੈਂ ਤੇ ਰਿਪਲੇਸਮੈਂਟ ਦਾ ਟੈਸਟ ਉਹ ਜ਼ਰੂਰ ਦੇ ਲਿਓ ਉਹਦੀ ਪੜਾਈ ਕਰ ਲਿਓ ਥੋੜੀ ਬਹੁਤੀ ਮੈਂ ਤੇ ਲਾਸਟ ਗੱਲ ਇਹੀ ਆ ਵੀ ਤੁਸੀਂ ਇਹ ਚੀਜ਼ ਸੋਚ ਕੇ ਜਾਇਓ ਵੀ ਤੁਸੀਂ ਆਪਣਾ ਕੋਲੇਜ ਕਿਉਂ ਚੇਂਜ ਕਰ ਰਹੇ ਹੋ ਇਹ ਗੱਲ ਨਾ ਹੋਵੇ ਵੀ ਜਿਵੇਂ ਕਿ ਮੈਂ ਇਹ ਚੀਜ਼ ਦੇਖੀ ਆ ਸਾਡੇ ਕੋਲ ਚ ਮਤਲਬ ਮੈਂ ਕਿਹਦਾ ਨਾਂ ਨਹੀਂ ਲੈਂਦਾ ਪਰ ਇਹ ਗੱਲ ਹੈਗੀ ਆ ਵੀ ਤੁਹਾਨੂੰ ਬੁਲੀ ਕਰਦੇ ਹੋਣਗੇ ਕੋਲੇਜ ਚ ਜਾਂ ਤੁਹਾਡਾ ਜੀ ਨਹੀਂ ਲੱਗਦਾ ਮੇਨਲੀ ਮੁੰਡੇ ਆ ਕੁੜੀਆਂ ਇੱਥੇ ਆਂਦੀਆਂ ਨੇ ਇੰਡੀਆ ਤੋਂ ਤੇ ਉਹਨਾਂ ਦੀ ਕੀ ਪ੍ਰੋਬਲਮ ਆ ਵੀ ਸਾਡੇ ਕੋਲ ਜੋ ਜੀਨ ਲੱਗਦਾ ਸਾਡੇ ਕੋਈ ਫਰੈਂਡ ਨਹੀਂ ਹੈਗੇ ਇਹ ਨਹੀਂ ਹੈਗੇ ਤੇ ਉਹ ਰੀਜ਼ਨ ਕਰਕੇ ਕਦੀ ਕੋਲੇਜ ਚੇਂਜ ਨਾ ਕਰਿਓ ਜੇ ਆਪਣਾ ਤੁਸੀਂ ਹਾਂ ਤੁਹਾਡਾ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਹੈਗੀ ਆ ਵੀ ਉਧਰ ਦੀ ਫੀਸ ਜ਼ਿਆਦਾ ਆ ਇਹ ਕੋਈ ਹੋਰ ਰੀਜ਼ਨ ਹੈਗਾ ਤੁਹਾਨੂੰ ਦੂਰ ਪੈਂਦਾ ਏ ਇਹ ਤੁਹਾਨੂੰ ਪ੍ਰੋਬਲਮ ਆ ਜਾਣ ਚ ਕਿਉਂਕਿ ਹੁਣ ਵਿੰਟਰ ਆ ਜੋਗੀ ਕੁਝ ਟਾਈਮ ਚ ਤੇ ਸਨੋ ਤਾਂ ਜ਼ਰੂਰ ਪੈਂਦੀ ਸਰੋਂ ਪੈਂਦੀ ਆ ਇੱਥੇ ਤੇ ਜੇ ਤੁਹਾਨੂੰ ਦੂਰ ਲੱਗਦਾ ਏ ਕੋਲੇਜ ਦਾ ਤੁਹਾਡੀ ਕੋਈ ਇਹੋ ਜੀ ਪ੍ਰੋਬਲਮ ਹੈਗੀ ਆ ਤਾਂ ਚੇਂਜ ਕਰਿਓ ਇਹਗਾ ਨਾ ਹੋਵੇ ਵੀ ਤੁਹਾਡੀ ਚਾਰ ਮੁੰਡਿਆਂ ਨਾਲ ਜਾਂ ਕੁੜੀਆਂ ਨਾਲ ਉੱਥੇ ਲੜਾਈ ਹੋ ਗਈ ਤੇ ਤੁਸੀਂ ਕਹਿ ਰਹੇ ਹੋ ਵੀ ਆਪਾਂ ਕੋਲੇਜ ਚੇਂਜ ਕਰਨਾ ਕਿਉਂਕਿ ਉਹ ਤਾਂ ਨੋਰਮਲ ਆ ਉਹ ਤਾਂ ਤੁਹਾਡਾ ਚੱਲਦਾ ਰਹਿਣਾ ਹੈ ਆਪਣਾ ਇਹ ਦੇਖਿਓ ਵੀ ਤੁਹਾਨੂੰ ਕੀ ਨੁਕਸਾਰ ਆ ਤੇ ਕੀ ਤੁਹਾਡ ਕਾਲਜ ਚੇਂਜ ਕਰਨ ਚ ਮੈਂ ਮੇਰਾ ਰੀਜ਼ਨ ਜੇ ਯਾਨੀ ਕਿ ਛਪਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਮੇਰਾ ਰੀਜ਼ਨ ਇਹ ਸੀ ਕਿਉਂਕਿ ਉਧਰ ਫੀਸ ਜ਼ਿਆਦਾ ਸੀ 4 ਸਾਲ ਦੀ ਫੀਸ ਪੇ ਕਰ ਰਹੀ ਓਖੀ ਆ ਤੇ ਫੀਸ 1st ਇਅਰ ਦੀ ਫੀਸ 18000 ਡਾਲਰ ਆ ਉਸ ਤੋਂ ਬਾਅਦ 21200 ਡਾਲਰ ਆ ਜਿਹੜੀ ਕਿ ਬਹੁਤ ਓਖੀ ਆ ਪੇ ਕਰਨੀ ਤੇ ਫੀਸ ਜ਼ਿਆਦਾ ਹੈ ਆ ਕੋਈ ਐਹ ਜਿਹੇ ਤਰੀਕਾ ਨਾ ਤਾਂ ਚੇਂਜ ਕਰਿਓ ਕੋਈ ਛੋਟੇ ਮੋਟੇ ਰੀਜ਼ਨ ਕਰਕੇ ਨਾ ਸੋਚੋ ਵੀ ਇਹ ਥੋੜਾ ਉਹ ਕਾਲਜ ਫਰੈਂਡ ਆ ਤੇ ਆਪਾਂ ਚੇਂਜ ਕਰ ਲੈਣਾ ਹੈ ਹੁਣ ਐਦਾਂ ਐਦਾਂ ਦਾ ਕੰਮ ਕੋਈ ਨਹੀਂ ਕਰਨਾ ਆਪਣਾ ਹਿਸਾਬ ਨਾਲ ਚੱਲਿਓ ਤੇ ਮੇਰੀ ਸਲਾਹ ਤੁਹਾਨੂੰ ਸਾਰਿਆਂ ਨੂੰ ਇਹੀ ਆ ਜੇ ਤੁਸੀਂ ਇੱਥੇ ਰਹਿਣਾ ਹੈ ਸਰੀ ਚਾਹੀਏ ਤੇ ਸਰੀ ਚ ਹੀ ਰਹਿਣਾ ਹੈ ਤਾਂ ਇੱਕ ਸਮੈਸਟਰ ਲਾ ਲਓ ਜੇ ਤੁਸੀਂ ਮੂਵ ਹੋਣਾ ਹੈ ਵੀ ਨਹੀਂ ਪੈਕ ਜਾਣਾ ਹੈ ਬ੍ਰੈਂਟਨ ਜਾਣਾ ਹੈ ਤਾਂ ਤੁਸੀਂ ਚੇਂਜ ਕਰ ਸਕਦੇ ਆ ਉਹ ਤੁਹਾਡੇ ਤੁਹਾਡੀ ਆਪਣੀ ਮਰਜ਼ੀ ਆ ਪਰ ਜੇ ਤੁਸੀਂ ਇੱਥੇ ਰਹਿ ਰਹੇ ਹੋ ਇੱਕ ਸਮੈਸਟਰ ਲਾ ਲਓ ਮੈਂ ਵੀ ਇੱਕ ਸਮੈਸਟਰ ਲਾਇਆ ਏ ਤੇ ਸਿਰਫ ਪਾਸ ਹੋਣਾ ਹੈ ਪਹਿਲੇ ਸਮੈਸਟਰ ਚ ਇਹ ਨਹੀਂ ਵੀ ਤੁਸੀਂ ਹਾਂਜੀ ਇਹ ਟੈਨਸ਼ਨ ਨਾ ਲਿਓ ਵੀ ਆਪਾਂ ਵਧੀਆ ਨੰਬਰ ਲੈਣੇ ਆ ਇਹ ਆ ਵੀ ਪਹਿਲੇ ਸਮੈਸਟਰ ਚ ਪਾਸ ਹੋ ਜਾਓ ਕਿਉਂਕਿ ਉਹਦੇ ਕਿੱਥੇ ਨੰਬਰ ਸ਼ੋ ਨਹੀਂ ਹੋਣੇ ਪਰ ਜੇ ਤੁਸੀਂ ਪਾਸ ਹੋਗੇ ਤੁਹਾਨੂੰ ਇੱਕ ਪ੍ਰੂਫ ਮਿਲ ਜੂਗਾ ਵੀ ਹਾਂਜੀ ਮੈਂ 3 ਮਹੀਨੇ ਇੱਥੇ ਲਾਇਆ ਕਾਲਜ ਮੇਰਾ ਜੀ ਨਹੀਂ ਲੱਗਿਆ ਜਾਂ ਮੇਰੀ ਇਹ ਪ੍ਰੋਬਲਮ ਸੀ ਮੇਰੇ ਕੋਈ ਵੀ ਪ੍ਰੋਬਲਮ ਸੀ ਇਸ ਕਰਕੇ ਮੈਂ ਆਪਣਾ ਕਾਲਜ ਚੇਂਜ ਕਰਿਆ ਬਾਕੀ ਤੁਸੀਂ ਏਜੰਟਾਂ ਨੂੰ ਪੁੱਛ ਕੇ ਆਪਣੀ ਸਲਾਹ ਕਰ ਸਕਦੇ ਹੋ ਜਿੰਨੀ ਕਿ ਇਨਫੋਰਮੇਸ਼ਨ ਮੇਰੇ ਕੋਲ ਸੀ ਮੈਂ ਤੁਹਾਨੂੰ ਦੱਸਦੀ ਕਿਉਂਕਿ 1.5 ਮਹੀਨਾ ਮੈਂ ਵੀ ਰਿਸਰਚ ਹੀ ਕਰੀਆ ਜਿੱਦਣ ਮੈਂ ਇੱਥੇ ਆਏ ਸੀ ਮੇਰੀ ਓਰੀਐਂਟੇਸ਼ਨ ਸੀ ਉਸ ਦਿਨ ਤੇ ਮੈਨੂੰ ਫੀਸ ਵਗਾਰੇ ਪਤਾ ਲੱਗਿਆ ਤੇ ਇਹ ਵੀ ਪਤਾ ਲੱਗਿਆ ਵੀ 4 ਸਾਲ ਦੀ ਡਿਗਰੀ ਔਖੀ ਆ ਇੰਡੀਆ ਬੈਠੇ ਆ ਵੀ ਆਪਣਾ 20000 ਲੈਦੀ ਚੀਜ਼ ਆ ਤੇ 20000 ਡਾਲਰ ਪੇ ਕਰਨੇ ਕੈਨੇਡਾ ਚ ਬਹੁਤ ਔਖਾ ਹੈ ਕਿਉਂਕਿ ਜਿੱਦ ਤਰ ਆਪਾਂ ਮਹੀਨੇ ਦਾ 2022 2500 ਡਾਲਰ ਹੀ ਕਮਾਉਂਦੇ ਆ ਤੇ 20000 ਤੇ ਫੀਸ ਪੇ ਕਰਤੀ ਫਿਰ ਤਾਂ ਬਚਣਾ ਹੀ ਕੁਝ ਨਹੀਂ ਹੈ। ਅੱਛਾ ਮਜ਼ਾਕ ਹੀ ਅੰਨੀ ਦਿਆ ਮਜ਼ਾਕ ਹੀ ਮਜ਼ਾਕ ਹੀ ਹੈਗਾ ਸੀਰੀਅਸ ਹੋ ਕੇ ਕਹਿ ਰਿਹਾ ਮੈਂ ਤੁਹਾਨੂੰ ਉਹ ਮੈਂ ਨਾ ਸੀਰੀਅਸ ਹੈਗਾ ਨਹੀਂ ਪਰ ਵੀਡੀਓ ਚ ਬਣਨਾ ਪੈਂਦਾ ਥੋੜਾ ਦਾ ਸੀਰੀਅਸ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਕਮੈਂਟ ਕਰ ਦਿਓ। ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆ ਤੇ ਤੁਸੀਂ ਕਮੈਂਟਾਂ ਚ ਮੈਨੂੰ ਪੁੱਛ ਲਿਓ ਜੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਨੈਕਸਟ ਵਲੌਗ ਚ ਤੇ ਚੈਨਲ ਨੂੰ ਕਰਦੇ ਰਹੋ ਸਪੋਰਟ ਲਵ ਯੂ ਆ ਸਾਰੇ ਰੂ ਬਾਈ ਬਾਈ ਟਾਟਾ